ते हसांदे रबो। हां जी किवे हो? ठीक ठाक हो? कैसा श्री काल राम राम भी कहते होंगे के नहीं? बोलो छेती। ज्योंदे रहो ज्योंदे रहो, लंबियां उमरां होण। हुण मैं तां आ भी नहीं कह सकदी भी मेरी उम्र तुहानू लग जाए। ਤੁਸੀਂ ਕਹਿ ਵੀ ਦੋਗੇ ਨਾ ਵੀ ਮੇਰੀ ਉਮਰ ਵੀ ਤੁਹਾਨੂੰ ਲੱਗ ਜੇ ਤੇ ਅਸੀਂ ਤਾਂ ਵੀ ਨਹੀਂ ਲੈਣੀ, ਕਿਵੇਂ? ਕਿਉਂ ਕਿਸੇ ਦੋ ਚਾਰ ਮਹੀਨੇ ਦਾ ਸਾਹ ਲੈਣਾ ਤੇ ਲਾਟਰੀ ਚੋਂ ਕੀ ਨਿਕਲਿਆ? ਇੱਕ ਬੜੇ ਪੁਰਾਣੇ ਫਰੈਂਡ ਦਾ ਨੰਬਰ। ਆਓ ਉਹਨੂੰ ਫੋਨ ਕਰਦੇ ਆ। ਬੜੇ ਸਾਲਾਂ ਬਾਅਦ ਬੜੀ ਯਾਦ ਆਈ। ਮੈਂ ਨੰਬਰ ਪਹਿਲਾਂ ਖੋਲ੍ਹ ਕੇ ਰੱਖਿਆ ਹੋਇਆ ਸੀ। 9-8 ਵਗਾਰਾਂ ਪਾਉਣ ਵਾਲਾ ਆਏ ਹਾਏ ਆ ਤਾਂ ਮਿੰਟੂ ਆ। 9-8-7 ਤਿੱਖੇ ਮੂੰਹ ਵਾਲਾ ਨਹੀਂ ਨਹੀਂ ਆ ਤਾਤਰੀ ਆ। 9-8-7 ਆ ਹੁਣ ਕੋਈ ਬੋਲਿਓ ਨਾ, ਫੋਨ ਲੱਗ ਗਿਆ। ਹੁਣ ਚੱਕ ਲਾ ਫਿਰ ਗਾਲਾਂ ਮੈਨੂੰ ਪੈਣਗੀਆਂ। ਹੈਲੋ ਹੈਲੋ, ਹਾਏ ਕੋਈ ਮਰ ਗਿਆ? ਮਰਨ ਮਰਨ ਬਚ ਗਿਆ। ਕੌਣ ਬੋਲਦਾ? ਤੁਸੀਂ ਕੌਣ ਬੋਲਦੇ ਹੋ? ਮੈਂ ਪ੍ਰਤਾਪ ਬੋਲਦਾ। ਪ੍ਰਤਾਪ ਕੌਣ ਬੋਲਦਾ? ਮੈਂ ਤੁਹਾਨੂੰ ਹਰ ਲੜਾਈ ਤੋਂ ਛਡਾਉਂਦੀ ਹੁੰਦੀ ਸੀ। ਮੈਂ ਸਾਡਾ ਪੰਜਵਾਂ ਪਿਆਰ ਬਬੀਤਾ। ਸੁਣਾ ਨਾ ਨੈਂਸੀ। ਨਹੀਂ ਅਸਮੈਰਾ ਰਜਨੀ ਲਿਸਟ ਚ ਤਾਂ ਮੇਰਾ ਨਾਂ ਹੀ ਨਹੀਂ ਹੈਗਾ। ਕੌਣ ਬੋਲਦੇ ਹੋ? ਮੈਂ ਆਪਣੀ ਨਿਸ਼ਾਨੀ ਯਾਦ ਕਰਾਉਣੀ ਆ, ਜਿਹਦੇ ਬਚਪਨ ਵਿੱਚ ਵਾਲ ਚਿੱਟੇ ਹੋ ਗਏ ਸੀ। ਯਾਦ ਕਰੋ ਤੁਸੀਂ ਉਹਨੂੰ ਕਹਿੰਦੇ ਹੁੰਦੇ ਸੀ, ਲੋਕਾਂ ਨੇ ਤਾਂ ਮੂੰਹ ਕਾਲੇ ਕਰਾ ਲਏ, ਤੂੰ ਘੱਟੋ ਘੱਟ ਵਾਲ ਹੀ ਕਾਲੇ ਕਰਾ ਲਾ। ਮੈਂ ਸਮਝਿਆ ਨਹੀਂ, ਕੌਣ ਨਹੀਂ ਕੌਣ ਬੋਲਦਾ? ਹਾਲੇ ਵੀ ਯਾਦ ਨਹੀਂ ਆਇਆ? ਨਹੀਂ ਮੈਨੂੰ ਨਹੀਂ ਯਾਦ ਆਇਆ। ਮੈਂ ਫਿਰ ਤੁਹਾਨੂੰ ਵੀਡੀਓ ਕਾਲ ਕਰਦੀ ਹਾਂ। ਤੁਹਾਨੂੰ ਕੀ ਲੱਗਦਾ ਮੈਂ ਇੱਦਾਂ ਹੀ ਇੰਨੇ ਸਾਲਾਂ ਬਾਅਦ ਵੀਡੀਓ ਕਾਲ ਕਰੂੰਗੀ? ਟੱਚਅਪ ਤਾਂ ਕਰ ਲਵਾਂ। ਮੈਨੂੰ ਪਤਾ ਹੈ ਕੌਣ ਹੈ ਕੁੜੀ, ਇਹ ਮੇਰੀ ਫਰੈਂਡ ਆ। ਅੱਜ ਤੋਂ 30-35 ਸਾਲਾਂ ਪਹਿਲਾਂ ਇਹਨੂੰ ਮੈਂ ਪ੍ਰਪੋਜ਼ ਕੀਤਾ ਸੀ, ਇਹਨੇ ਕਿਸੇ ਹੋਰ ਨੂੰ ਹੀ ਕਰਤਾ ਤੇ ਕਿਸੇ ਹੋਰ ਨਾਲ ਹੀ ਵੱਸ ਗਈ। ਸਜਣਾ ਹੈ ਮੁਝੇ ਸਜਣਾ ਕੇ ਲੀਏ। ਆਇਆ ਨੀ ਫੋਨ? ਚੱਕਲਾ ਹਾਏ ਚੱਕਲਾ ਆ ਰਿਹਾ, ਹਾਏ ਹੋਏ ਕੱਟ ਗਿਆ। ਹੈਲੋ ਹਾਏ, ਤੂੰ ਕੌਣ ਹੈ? ਮੈਂ ਤੁਸੀਂ ਏਦਾਂ ਕਾਹਤੋਂ ਡਿੱਗ ਗਏ? ਤੂੰ ਕੌਣ ਹੈ ਬੱਚੇ? ਮੈਂ ਰਾਜ ਸੁਲਤਾਨਪੁਰ ਲੋਧੀ ਤੋਂ। ਰਾਜ ਤੇਰਾ? ਹਾਏ ਯਾਦ ਆਇਆ? ਯਾਦ ਆ ਗਿਆ ਮੈਨੂੰ ਤੈਨੂੰ ਵੇਖ ਕੇ। ਰੋਟੀ ਖਾ ਲੱਗਿਆ, ਇਹਦੇ ਪਿਓ ਵੱਲੋਂ ਬਹੁਤ ਜ਼ੋਰ ਦੀ ਆਵਾਜ਼ ਆਈ। ਮੈਂ ਕਿਹਾ ਤੇਰੇ ਪਿਓ ਨੇ ਡਕਾਰ ਮਾਰਿਆ? ਕਹਿੰਦੀ ਨਾ, ਇਹ ਡਕਾਰ ਨਹੀਂ ਸੀ। ਮੇਰੇ ਪਿਓ ਦਾ ਡਕਾਰ ਤੇ ਤੈਨੂੰ ਯਾਦ ਹੈ ਨਾ? ਆਪਣੇ ਪਿਓ ਦਾ ਕਿੱਸਾ ਭੁੱਲ ਗਿਆ? ਇਸ ਤੋਂ ਪਹਿਲਾਂ ਹੋਰ ਵੱਡੀ ਗੱਲ ਸੀ। ਇਹ ਤਾਂ ਕੁਛ ਨਹੀਂ, ਮੰਡਪ ਦੇ ਵਿੱਚ ਜਦੋਂ ਇਹਦੇ ਪਿਓ ਬੈਠੇ ਸੀ ਨਾ, ਤੇ ਇਹਦੀ ਮਾਂ ਵੀ ਬੈਠੀ ਸੀ, ਵਿਆਹ ਵੇਲੇ ਵੀ ਇਹਦੇ ਪਿਓ ਨੇ ਇਹੋ ਜਿਹੇ ਡਕਾਰ ਮਾਰਿਆ, ਤੇ ਇਹਦੀ ਮਾਂ ਕਹਿੰਦੀ ਮੈਂ ਤਾਂ ਨਹੀਂ ਕਰਾਉਣਾ ਇਹਦਾ ਵਿਆਹ। ਬਾਅਦ 'ਚ ਦਾਦੀ ਨੇ ਛੁਟਕਾਰਾ ਪਾਇਆ, ਕਹਿੰਦੀ ਨਹੀਂ ਨਹੀਂ, ਮਹੀਨੇ 'ਚ ਇੱਕ ਅੱਧੀ ਵਾਰੀ ਮਾਰਦਾ ਆ, ਝੂਠ ਬੋਲਦਾ, ਡੇਲੀ ਮਾਰਦਾ, ਨੀਂਦ ਨਹੀਂ ਆਉਂਦੀ।
ਇੰਨੇ ਸਾਲਾਂ ਬਾਅਦ ਮੈਂ ਇੰਨੇ ਚਾਵਾਂ ਨਾਲ ਵੀਡੀਓ ਕਾਲ ਕਰੀ, ਅੱਜ ਵੀ ਲੜੀ ਜਾਂਦਾ। ਨਹੀਂ ਨਹੀਂ ਰਾਜ, ਆਹ ਦੇਖ ਮੈਂ ਸਵਾਟਰ ਲੈ ਕੇ ਆਈ ਸੀ। ਆਹ ਕਿਹਦਾ? ਰਾਜ ਕੀ ਹੋਇਆ, ਨਾਰਾਜ਼ ਹੋ ਗਈ ਤੂੰ? ਆਹੋ। ਨਹੀਂ ਨਹੀਂ ਆਪਾਂ ਇੱਦਾਂ ਨਹੀਂ ਨਾਰਾਜ਼ ਹੋਣਾ। ਰਾਜ ਆਪਣੇ ਘਰਦਿਆਂ ਬਾਰੇ ਦੱਸ, ਤੇਰੇ ਘਰ ਕੌਣ ਕੌਣ ਆ? ਸਵੈਟਰ ਬਾਰੇ ਤਾਂ ਪੁੱਛ ਲਾ ਪਹਿਲਾਂ। ਹਾਂ ਸਵੈਟਰ ਬਾਰੇ, ਹੱਥ ਸਵੈਟਰ ਫੜੇਗੀ ਤਾਂ ਪੁੱਛਾਂਗਾ। ਫੋਨ ਟਿਕਾ ਲਿਆ ਮੈਂ ਸਵੈਟਰ ਦੇ ਪਿੱਛੇ। ਮੇਰੇ ਪੁਤਲੀ ਬਣਾਇਆ ਮੈਂ, ਰਵਨੀਤ ਪੁਤਲੀ ਆ ਇਹ, ਇੱਕ ਹੋਰ ਬਣਾ ਰਹੀ ਆ। ਦੇਖਿਆ ਸਾਰਾ ਅੱਗੇ ਪਿੱਛੇ ਕਰਤਾ। ਐਕਚੁਅਲੀ ਵਿੱਚ ਬੱਚੇ ਤੈਨੂੰ ਮੈਂ ਦੱਸਾਂ, ਰਵਨੀਤ ਨੇ ਆਹ ਵਾਲਾ ਸਵੈਟਰ ਨਹੀਂ ਪਾਉਣਾ, ਅਗਲਾ ਐਮਚਵਾਂ ਦੇ ਕੱਪੜੇ ਇੱਥੇ ਤੱਕ ਕਿ ਕੱਛਾ ਐਮਚਵਾਂ ਦਾ ਪਾ ਰਿਹਾ, ਤੇਰਾ ਸਵੈਟਰ ਕਿੱਥੋਂ ਪਾਊ? ਇਹ ਦੱਸ ਤੇਰਾ ਮੁੰਡਾ ਕਿੱਦਾਂ ਵੱਡਾ ਹੋ ਗਿਆ ਈ? ਹਾਏ ਮੁੰਡਾ ਤਾਂ ਵਿਆਹਣ ਜੋਗਾ ਹੋ ਗਿਆ, ਕੋਈ ਰਿਸ਼ਤਾ ਹੈ ਤਾਂ ਦੱਸੋ। ਲੈ ਤੂੰ ਪਾਗਲ ਹੋ ਗਈ ਹੈ, ਘਰੇ ਸਾਡੇ? ਵਾਹ ਦੇਖ ਕੁੜੀ ਤੈਨੂੰ ਮੈਂ ਵਿਖਾਵਾਂ, ਆ ਦੇਖ ਨਜ਼ਰ ਮਾਰ ਇੱਥੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਮੇਰੀ ਵੱਡੀ ਕੁੜੀ ਹੈ, ਮਰ ਜਾਣੀ ਹੈ। ਨਾਲ ਵਾਲੀ ਕੌਣ ਆ ਸੋਹਣੀ ਜਿਹੀ? ਇਹ ਦੇਖ ਇਹ ਤਾਂ ਮੇਰੇ ਵਰਗੀ ਲੱਗਦੀ ਆ। ਹਾਂ ਮੇਰੀ ਛੋਟੀ ਕੁੜੀ ਹੈ, ਇਹਦਾ ਮੰਗਣਾ ਹੋ ਚੁੱਕਿਆ। ਹੋਰ ਕਿਹੜੀ ਕੁੜੀ ਆ ਰਵਨੀਤ ਵਾਸਤੇ? ਆ ਦੇਖ ਆ ਠੀਕ ਲੱਗੀ ਆ। ਏ ਠੀਕ ਲੱਗਦੀ ਆ ਤੇ ਕਰਦੀ ਏ ਗੱਲ ਇਹਦੇ ਨਾਲ? ਏਦਾਂ ਦੀਆਂ ਕੁੜੀਆਂ ਹੀ ਪਸੰਦ ਆ ਰਵਨੀਤ ਪੁੱਤ ਨੂੰ। ਕੀ ਹੋਇਆ ਕੀ ਹੋਇਆ? ਇਹਦਾ ਕਰੈਕਟਰ ਠੀਕ ਨਹੀਂ ਲੱਗਦਾ, ਹੋਰ ਕੋਈ ਦਿਖਾ। ਆ ਦੇਖ ਇਹ ਤਾਂ ਬਹੁਤ ਸੋਹਣੀ ਆ, ਪਰ ਇਹਦੇ ਨਾਲ ਤੇਰੇ ਮੁੰਡੇ ਦਾ ਵਿਆਹ ਨਹੀਂ ਹੋ ਸਕਦਾ। ਕਾ ਤੂੰ? ਨੂੰ ਹੈ ਮੇਰੀ। ਤੈਨੂੰ ਮੈਂ ਦਿਖਾਉਣਾ ਇੱਕ ਕੁੜੀ ਹੋਰ ਆ ਮੇਰੇ। ਆ ਦੇਖ ਹਾਏ ਕਿੰਨੀ ਸੋਹਣੀ, ਹਾਏ ਆਹ ਕੁੜੀ ਪਸੰਦ ਆ ਵਰਨੀਤ ਲਈ। ਹਾਂ ਹਾਂ ਰਵਨੀਤ ਪਸੰਦ ਕਰ ਲੂ? ਰਵਨੀਤ ਨੂੰ ਏਦਾਂ ਦੀਆਂ ਕੁੜੀਆਂ ਪਸੰਦ ਆ, ਅਸੀਂ ਅੱਜ ਹੀ ਪੱਕਾ ਕਰ ਦੇਣਾ ਰਿਸ਼ਤਾ। ਉਹ ਅੱਗੇ ਹੀ ਪਹਿਲਾਂ ਲੇਟ ਲੱਗਦੀ ਆ ਮੈਨੂੰ। ਬੁਲਾ ਲੈ ਰਵਨੀਤ ਨੂੰ ਫਿਰ ਅੱਜ। ਮੈਂ ਹੁਣੇ ਬੁਲਾਉਣੀ ਆ, ਆ ਜਾ ਪੁੱਤ ਆ ਜਾ। ਬੁਲਾ ਲੈ ਅੱਜ ਹੀ ਗੱਲ ਕਰ ਲੈਨੇ ਆ। ਵਜਾ ਦੋ ਤੁਸੀਂ ਠਾਕਾ ਕਰੋ। ਆ ਜਾ ਰਵਨੀਤ, ਆ ਮੇਰਾ ਪੁੱਤ। ਆਇਆ ਓਏ ਹੋਏ ਜਿੰਦਾ ਰਹਿ ਪੁੱਤ। ਇੱਧਰ ਬੰਬ ਰੱਖਿਆ, ਖੁਸ਼ ਰਹੋ ਪੁੱਤਰ, ਜ਼ਿੰਦਗੀਆਂ ਮਾਣੋ। ਕੁੜੀ ਪਸੰਦ ਆ ਤੈਨੂੰ? ਹਾਂਜੀ ਠੀਕ ਹੈ। ਉਹਦਾ ਭਰਾ ਉਹ ਬੈਠਾ ਆ। ਅੱਛਾ ਜੜਵਾ ਨੇ, ਜੜਵਾ ਨੇ। ਚਲੋ ਤੁਹਾਡੇ ਤੁਸੀਂ ਠਾਕਾ ਕਰਤਾ, ਅਸੀਂ ਠਾਠਾ ਕਰ ਦਿੰਦੇ ਹਾਂ। ਮੈਂ ਤੜਕਾ ਵਜਾਓ ਫਿਰ ਪਤਾ ਲੱਗਿਆ ਪੂਰੇ ਮੁਹੱਲੇ ਨੂੰ। ਜੀ ਇਸ ਤੋਂ ਪੁੱਛਦੇ ਹਾਂ ਜੀ। ਹਾਂਜੀ ਘੁੱਗੀ ਭਾਅ ਜੀ ਕਿੱਦਾਂ ਦੀ ਲੱਗੀ ਜੀ ਪਰਫਾਰਮੈਂਸ? ਐਕਸੀਲੈਂਟ ਐਕਸੀਲੈਂਟ, ਪਰ ਮੈਂ ਦੇਖਿਆ ਜੀ ਜਿਹੜੀ ਮਾਤਾ ਨੇ ਹੱਥ ਚੁੱਕੀ ਸੀ ਨਾ, ਇਹ ਐਡੀ ਸ਼ੌਕੀਨ ਮਾਤਾ ਮੈਂ ਪਹਿਲੀ ਵਾਰੀ ਵੇਖੀ ਕਿਤੇ। ਵੈਸੇ ਮੈਂ ਹੁਣ ਮੇਰਾ ਦਿਲ ਕਰਦਾ ਕਿ ਜਦੋਂ ਅਸੀਂ ਵੀ ਪੂਰੇ ਬੁੱਢੇ ਹੋ ਜਾਈਏ ਨਾ, ਇੱਕ ਅੱਧੀ ਬੁੱਢੀ ਨੂੰ ਤਾਂ ਕਿਸੇ ਨੂੰ ਇੱਦਾਂ ਦੀ ਮੇਰੀ ਯਾਦ ਜ਼ਰੂਰ ਆਵੇ। ਭਾਜੀ 35-40 ਸਾਲ ਬਾਅਦ ਇੱਦਾਂ ਦਾ ਫੋਨ ਵੱਜੇ, ਹੋਰ ਕੀ ਚਾਹੀਦਾ ਬੰਦੇ ਨੂੰ? ਹਾਂ ਇਹ ਗੱਲ ਸਹੀ ਹੈ, ਮੇਰੇ ਗੱਲ ਇੱਕ ਅੱਧੀ ਨਹੀਂ ਕਈਆਂ ਨੂੰ ਆਊਗੀ। ਥੈਂਕ ਯੂ ਭਾਜੀ, ਕੀ ਬਾਤ ਹੈ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਹਾਂਜੀ ਫੌਜਦਾਰ ਸਾਹਿਬ ਤੁਸੀਂ ਪੂਰੇ ਖੁੱਬੇ ਹੋਏ ਸੀਗੇ ਹੈ ਨਾ ਜੀ, ਤੁਸੀਂ ਨਾਲ ਨਾਲ ਸਮਾਈਲ ਵੀ ਕਰੀ ਗਏ, ਅਤੇ ਮੈਨੂੰ ਤੁਸੀਂ ਕੀ ਕਹਿੰਦੇ ਹੋ ਜੀ? ਪਰਫੋਰਮੈਂਸ ਵਾਜ ਵੈਰੀ ਐਕਸੀਲੈਂਟ, ਮੈਨੂੰ ਬਹੁਤ ਚੰਗਾ ਲੱਗਿਆ, ਆਪਾਂ ਤਾਂ ਹੱਸਦੇ ਰਹੇ ਦੋਨੇ ਬੈਠ ਕੇ, ਬਹੁਤ ਵਧੀਆ। ਥੈਂਕ ਯੂ ਸੋ ਮਚ, ਥੈਂਕ ਯੂ ਜੱਜਿਸ ਦਾ। ਅਤੇ ਐਲਪੈਨ ਲੀਬੇ ਪਰਫੋਰਮੈਂਸ ਮੀਟਰ ਦੀ ਗੱਲ ਕਰਦੇ ਹਾਂ ਫੌਜਦਾਰ ਸਾਹਿਬ, ਸਵੀਟ ਸਵੀਟਰ ਸਵੀਟੈਸਟ ਕਿ ਐਲਪੈਨ ਲੀਬੇ ਪਰਫੋਰਮੈਂਸ ਦਿਲ ਤੋਂ ਵਿੱਚੋਂ ਭਾਅ ਜੀ ਕਿਹੜੀ ਵਧੀਆ ਹੁੰਦੀ ਆ? ਦੇਖੋ ਮੈਨੂੰ ਤਾਂ ਇਹ ਸਵੀਟੈਸਟ ਲੱਗੀ ਹੈ ਜੀ, ਲੇਕਿਨ ਮੈਨੂੰ ਥੋੜ੍ਹੀ ਜੀ
ਫਿਊਚਰ ਪੈ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਸੈੱਟ ਸੈੱਟ ਬਹੁਤ ਸੋਹਣਾ ਸੀਗਾ, ਥੈਂਕ ਯੂ ਤੇ ਬਹੁਤ ਵਧੀਆ ਹਾਜ਼ਰ ਜਵਾਬੀ, ਬਹੁਤ ਵਧੀਆ, ਥੈਂਕ ਯੂ ਜੀ, ਥੈਂਕ ਯੂ।